ਤੁਸੀਂ 10,000 ਰੁਪਇਆ ਸਾਨੂੰ ਪਾ ਦਿਓ। ਤੈਨੂੰ ਸ਼ਰਮ ਨੀ ਆਉਂਦੀ ਕਿ ਮੈਂ ਤੇਰੇ ਘਰੇ ਫੋਨ ਕੀਤਾ, ਕੁਛ ਘਰੇ ਗਿਆ ਘਰ ਦੇ, ਤੂੰ ਹੁਣ ਘਰੇ ਧੀਆਂ ਭੈਣ ਦੇ ਆਜੂਗਾ, ਇਹ ਗੱਲ ਕਿਹੜੀ ਚੰਗੀ ਹੋਈ ਆ? ਉਹ ਮੈਨੂੰ ਮਾਤਾ ਚਿੰਤਪੁਰਨੀ ਦੀ ਫੋਨ ਲੱਗੇ, ਮੈਂ ਭਰਾਵਾ ਇੱਦਾਂ ਦਾ ਬੰਦਾ ਨਹੀਂ ਹੈਗਾ। हेलो, नीटू जी ना गल हो रही है? हाय, मैं पायल गल कर रही हूँ। सीरियसली मैं सर तो हड़ी बहुत वड़ी फैन हाँ, सच्ची च। शुक्रिया बहन जी, शुक्रिया जी, कोई साड़ी फैन है, कोई साड़ी फैन साड़ी कोई। एक्चुअली मैं ना मॉडल हाँ। अच्छा जी, ठीक है। एंड मैं थोड़ा ना सच्ची कोलाब करना चाहनी हूं, काम करना चाहनी हूं थोड़ी वीडियो च। कोई गल नहीं जी, साड़ी फिल्म चल रही जूना मोड़, आओ ओदे बच्चे सानो ग्राफिक एक्टर चाहिए। जूना मोड़ विच रोल बहुत वधिया वा। ओके, मेरा रोल की होएगा? मतलब देखो तो रोल तो काफी है, जेडे मैं सारे सरदर्द दे नहीं लिया, उसे साडे हैगे आ अपने मैड भाजी, वो सारा कुछ उन्होंने टेंशन टेंशन जिन्हें दी सारी मैं भी, मैड भाजी तुसी करो कुछ। हां, तुसी पेमेंट किन्नी को करोगे नीटू जी? पेमेंट मेनू तुसी करनी है। ओके, कितने पैसे? एडा वड्डा नीटू शटरा वाला, पूरे वर्ल्ड तो वड्डा, मतलब पूरे वर्ल्ड में छाया नाम नीटू शटरा वाला, ठीक है, उन्हें तुसी पेमेंट करनी है। जिम्मे सुभाष गिरी है, वो अपना छोटा भरा वा। ओके ओके, कितनी पेमेंट करनी पड़ेगी मेनू? पेमेंट तुसी 10,000 रुपए सानू पा दियो। ਸੁਭਾਸ਼ ਗਿਰ ਨੂੰ ਪੁੱਛ ਲਿਓ, ਮੈਡਮ ਸੰਜੇ ਦੱਤ ਨੂੰ ਪੁੱਛ ਲਿਓ, ਤੇ ਉਸਤਾਦ ਜੀ ਸਾਡੇ ਜਿਹੜੇ ਹੈਗੇ ਆ, ਮੈਂ ਉਹ ਹੈ ਨਹੀਂ ਅਸੂਰੀਆਂ ਵਿੱਚ, ਉਹਨਾਂ ਨੂੰ ਪੁੱਛ ਲਓ ਭਾਵੇਂ ਤੁਸੀਂ। ਓਕੇ ਓਕੇ, ਮੈਂ ਪੇਮੈਂਟ ਤੁਹਾਨੂੰ ਕਿਸ ਤਰ੍ਹਾਂ ਕਰ ਸਕਦੀ ਹਾਂ? ਗੂਗਲ ਪੇ ਕਰ ਸਕਦੀ ਹਾਂ ਤੁਹਾਨੂੰ? ਹਾਂ, ਮੈਂ ਤੁਹਾਨੂੰ ਪੇਟੀਐਮ ਨੰਬਰ ਦਊਂਗਾ, ਅਕਾਊਂਟ ਨੰਬਰ ਦਊਂਗਾ। ਹਾਂਜੀ, ਕਿੰਨਾ ਲੱਗੀ ਫੋਨ ਤੇ? ਹੈਲੋ, ਜਿੱਤੇ ਪਾਓ ਪੈਸੇ। ਹੈਲੋ, ਤੁਹਾਡਾ ਰੋਲ? ਹਾਂਜੀ, ਕੌਣ ਬੋਲਦਾ ਵੀਰੇ? ਸਰ ਮੈਂ ਨੀਟੂ ਸ਼ਰਤਾਂ ਵਾਲਾ ਜੀ। ਨੀਟੂ, ਤੈਨੂੰ ਪਤਾ ਮੈਂ ਕੌਣ ਬੋਲਦਾ? ਨਹੀਂ ਸਰ। ਸਰ ਤੂੰ ਹੁਣ ਘਰੇ ਫੋਨ ਕਰਨ ਲੱਗ ਪਿਆ, ਇਹ ਕੀ ਕੰਮ ਫੜ ਲੇ ਤੂੰ? ਮੈਂ ਭਾਜੀ ਕਿਉਂ ਕਰਦੇ? ਮੈਂ ਕਰਨ ਬੋਲਦਾ ਪਿਆ, ਕਰਨ ਦਿੱਤਾ। ਸਰ ਕਰਨ ਦਿੱਤੇ ਨਹੀਂ ਭਾਜੀ ਬੋਲਦੇ ਤੁਸੀਂ। ਮੈਂ ਕਰਨ ਦਿੱਤਾ ਬੋਲਦਾ ਪਿਆ, ਵੀਡੀਓ ਪਾਈ ਸੀ ਨਾ ਮੇਤੇ? ਨਹੀਂ ਪਾਈ ਸਰ। ਮੇਰੇ ਭੈਣ ਨੂੰ ਕਿਉਂ ਫੋਨ ਕਰਨ ਡਿਆ? ਜੇ ਗੱਲ ਨੈਟ ਤੇ, ਨੈਟ ਤੇ ਰਹਿਣੀ ਚਾਹੀਦੀ, ਤੂੰ ਘਰੇ ਕਿਉਂ ਫੋਨ ਲਾਉਂਦੇ ਆ? ਉਹ ਭਾਜੀ ਮੈਂ ਤਾਂ ਫੋਨ ਲਾਇਆ ਦੀ ਕੋਲ। ਤੈਨੂੰ ਸ਼ਰਮ ਨਹੀਂ ਆਉਂਦੀ ਕਿ ਮੈਂ ਤੇਰੇ ਘਰੇ ਫੋਨ ਕੀਤਾ, ਕੁਛ ਘਰੇ ਗਿਆ ਘਰ ਦੇ, ਤੂੰ ਹੁਣ ਘਰੇ ਧੀਆਂ ਭੈਣ ਦੇ ਆਜੂਗਾ, ਇਹ ਗੱਲ ਕਿਹੜੀ ਚੰਗੀ ਹੋਈ ਆ? ਮੈਨੂੰ ਕਹਿੰਦੀ ਪੀ ਭੈਣ ਮੇਰੀ ਕਿ ਤੂੰ ਪੈਸੇ ਮੰਗਦਾ ਪਿਆ, ਕਿ ਮੈਂ ਨੰਬਰ ਭੇਜਦਾ ਪੇਟੀਐਮ ਵਾਲਾ, ਕਿਹੜੇ ਪੈਸੇ ਚਾਹੀਦੇ ਤੈਨੂੰ? ਨੀਟੂ ਸ਼ਟਰ ਵਾਲਾ ਆਇਆ ਤੇ ਇਹ ਮੇਰੀ ਭੈਣ ਨੂੰ ਫੋਨ ਕਰਕੇ ਕਹਿਣ ਡਿਆ ਕਿ ਪੈਸੇ ਦਿਓ, ਕਿਉਂਕਿ ਇਹਨੇ ਮੇਰੇ ਖਿਲਾਫ਼ ਵੀਡੀਓ ਪਾਈ ਸੀ ਨਾ, ਮੈਂ ਤਾਂ ਵੀਡੀਓ ਪਾਈ ਸੀ, ਮੈਂ ਯੂਟਿਊਬ ਰਿਹਾ, ਤੇ ਇਹ ਹੁਣ ਬਲੈਕਮੇਲ ਕਰਨ ਡਿਆ ਕਿ ਮੈਨੂੰ ਪੈਸੇ ਦਿਓ, ਨਹੀਂ ਤਾਂ ਕੇਸ ਕਰ ਦੇਣਾ ਤੁਹਾਨੂੰ, ਇਹ ਨਾਲੇ ਤੰਗ ਕਰਨ ਡਿਆ ਮੇਰੀ ਭੈਣ ਨੂੰ ਕਿ ਉਹਨੂੰ ਪੈਸੇ ਦੇ ਗੰਦੀ ਗੰਦੀ ਗੱਲਾਂ ਕਰਦਾ ਪਿਆ। ਹੈਲੋ, ਹਾਂਜੀ ਜਨਾਬ, ਕੀ ਚੱਕਰ ਹੈ ਕਾਕੇ? ਤੇਰੇ ਘਰ ਦੇ ਸਾਰੇ ਬੰਦੇ ਅਫਸਰ ਆਪਣੇ, ਕੋਈ ਗੱਲ ਨੀ ਦਾਦੀ, ਕਿਹੜੇ ਅਫਸਰ ਆ ਤੇਰੇ? ਬੰਦਾ ਨੀ ਹੈਗਾ ਭਰਾਵਾ, ਉਹ ਮੈਂ ਭਰਾਵਾ ਏਦਾਂ ਦਾ ਬੰਦਾ ਨੀ, ਮੈਨੂੰ ਮਾਤਾ ਚਿੰਤਪੁਰਨੀ ਸੁਣ ਲੱਗੇ ਯਾਰ ਉਸਤਾਦ, ਨਾ ਕਿੱਦਾਂ ਕਰੋ।
ਮੈਨੂੰ ਜਨਾਬ ਜਿਹੜਾ ਤੁਸੀਂ ਮਰਜ਼ੀ ਲੈ ਲਓ ਤੁਸੀਂ ਤੇ ਭਾਵੇਂ ਜੂਣਾ ਮੁੜ ਬਣ ਜਾਓ। ਅੱਛਾ ਤਾਂ ਆਹ ਮੁੰਡੇ ਦਾ ਕੀ ਕਰਨਾ ਹੁਣ ਜਨਾਬ? ਉਹ ਤੇ ਆਪਾਂ ਵੀਡੀਓ ਉਦੇ ਬਣਾਈ ਸੀ ਜਨਾਬ, ਉਹ ਪਤਾ ਕਿੱਦਾਂ ਇਹ ਸਾਡੇ ਖਿਲਾਫ਼ ਬੋਲੇ ਸੀ ਜਨਾਬ, ਬਾਕੀ ਗਲਤੀ ਹੋ ਗਈ, ਚਲੋ ਮਾਫ਼ੀ ਹੈ ਜੀ ਉਹਦੀ। ਨਹੀਂ ਨਹੀਂ, ਜੇ ਨੀਟੂ ਨੂੰ ਮੈਨੂੰ ਰੋਲ ਦੇਗਾ ਤਾਂ ਆਪਾਂ ਇਹਨੂੰ ਫੜ ਲੈਂਦੇ ਹਾਂ। ਹਾਂ ਫਿਰ ਜਨਾਬ ਤੁਸੀਂ ਜਿਹੜਾ ਮਰਜ਼ੀ ਰੋਲ ਲੈ ਲਓ, ਤੁਹਾਡੀ ਫਿਲਮ ਹੈ ਜੂਣਾ ਮੋੜ ਦੀ ਫਿਲਮ, ਆਪਾਂ ਵਿੱਚ ਜਿਹੜਾ ਸੀਨ ਕਹੋਗੇ ਪਾ ਦਾਂਗੇ ਜਨਾਬ, ਕੋਈ ਗੱਲ ਨੀ। ਜੂਣਾ ਮੋੜ ਬਣਨਾ ਫਿਰ ਮੈਂ? ਹਾਂਜੀ ਹਾਂਜੀ, ਮੈਂ ਕਿਹਾ ਤੁਸੀਂ ਬਣ ਜਾਓ ਭਾਵੇਂ ਮੈਂ ਇੰਸਪੈਕਟਰ ਬਣ ਜਾਂਦਾ। ਤੇ ਇਹਦਾ ਕੀ ਕਰਨਾ ਮੁੰਡੇ ਦਾ ਦੱਸ ਦੇ, ਉਹੀ ਕਰ ਦਿੰਦੇ ਆ। ਇਹਨੂੰ ਵਿਛਣਾ ਬਣਾ ਦਿੰਦੇ ਭਾਜੀ। ਨਹੀਂ ਨਹੀਂ, ਇਹਨੂੰ ਦੱਸ ਪੈ ਲੈ ਜਾ, ਇਹਨੂੰ ਥਾਣੇ ਲੈ ਜਾ। ਇਹਦੇ ਜਨਾਬ 5-7 ਪੱਟੇ ਲਾਓ ਮੇਰੇ ਨਾਮ ਦੇ, ਲਾ ਦਿੰਦੇ ਆ। ਪਹਿਲੇ ਕਹਿਣਾ ਪੈਣਾ ਕੁੱਕੜੂ ਕੁੜੂ। ਜੂਣਾ ਮੋੜ ਜੀ, ਨੀਟੂ ਜੀ, ਦੀਪਕ ਬੋਲ ਰਿਹਾ ਸੀ, ਪਕ ਦੀਪਕ। ਓਏ ਹੋਏ ਭਾਜੀ, ਉਹ ਯਾਰ ਤੁਸੀਂ ਪੈਸੇ ਲਾ ਕੇ ਰੋਲ ਦਿੰਦੇ ਹੋ ਯਾਰ? ਮੈਂ ਪੈਸਿਆਂ ਦੇ ਪੈਸਿਆਂ ਦੀ ਲੋੜ ਹੈ ਨਾ ਭਾਜੀ, ਤਾਂ ਹੀ ਤੇ ਫਿਲਮ ਰੋਕੀ ਪਈ ਆ। ਨਾਲੇ ਕਹਿੰਦੇ ਸਾਰਾ ਝੂਟ ਚੱਲਣ ਡਿਆ ਵਾ। ਠੀਕ ਹੈ ਯਾਰ, ਨਹੀਂ ਹੁਣ ਤੁਸੀਂ ਸ਼ੂਟਿੰਗ ਨਹੀਂ ਕਰ ਰਹੇ? ਨਕਾਬ ਜਿਹਾ ਲੈ ਕੇ ਨਾ ਮੂੰਹ ਦਾ ਪੋਸਟਰ ਜਿਹਾ ਕਿਸੇ ਹੋਰ ਨੂੰ ਬਣਾ ਦੋ, ਘੋੜੇ ਵਾਸਤੇ ਜਿਹੜਾ ਬੰਦਾ ਟ੍ਰੇਨ ਹੋਵੇ, ਮੈਂ ਘੋੜੇ ਤੇ ਨੀ ਬਹਿ ਸਕਦਾ। ਯਾਰ ਆਪਸ ਦੀ ਲੜਾਈ ਖਤਮ ਕਰੋ, ਤੁਸੀਂ ਦੋਨੇ ਭਰਾ ਹੋ, ਇੱਕ ਦੂਜੇ ਨੂੰ ਕਿਸ ਕਰੋ, ਕਿਸ ਕਰ ਦੋ ਇਹਨੂੰ, ਦੁਸ਼ਮਣੀ ਖਤਮ ਕਰੋ। ਆਈ ਲਵ ਯੂ ਭਾਜੀ।